दोस्तों क्या चाल ने ਤੁਹਾਡਾ ਮੇਜ਼ਬਾਨ ਰਿਆਜ਼ ਅਹਿਮਦ ਤੁਸੀਂ ਫਿਰ ਸੁਣਾ ਪੰਜਾਬ ਟੀਵੀ ਤੁਹਾਡਾ ਸੱਚੇ ਮੋਲ ਤੋਂ ਲੈ ਕੇ ਆਉਂਦਾ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਓ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਸਾਨੀ ਪਹੁੰਚ ਰਵੇ ਨੰਬਰ ਹੁੰਦਾ 0349-1600-211 ਵਟਸਐਪ ਨੰਬਰ ਤੀਮੋ ਨੰਬਰ ਹੈ ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਨਾ ਮਾਸ਼ਾਅੱਲਾ ਅਹਿਮਦ ਸੱਜੇ ਪਾਸੇ ਇੱਕ ਪਿਓ ਨੀਜੀ ਮੱਝ ਆਈਏ ਇੱਕ ਕੱਢੀ ਹੈ ਮਾਸ਼ਾਅੱਲਾ ਖੁੱਡਾ ਮਾਸ਼ਾਅੱਲਾ ਬੜਾ ਖੁੱਲ੍ਹਾ ਹੈ ਬਾਕੀ ਪੰਜ ਹੱਡੀਆਂ ਨੇ ਮਾਸ਼ਾਅੱਲਾ ਪੂਰੀਆਂ ਹੱਡੀਆਂ ਨੇ ਕੋਈ ਤਿੰਨ ਹੱਡੀ ਨਹੀਂ ਮਾਸ਼ਾਅੱਲਾ ਸ਼ਾਹ ਕਾਲੀ ਮੱਝ ਇਹ ਪਹਿਲਣੀ ਹੈ ਦੂਜਣੇ ਇਹ ਸਾਰੀ ਗੱਲਾਂ ਪੁੱਛਣਾਂਗੇ ਭਾਈ ਹਰਾਂ ਤੋਂ ਮਾਸ਼ਾਅੱਲਾ ਥੱਬਿਆਂ ਰਵਾਂਦੇ ਲਾਈ ਖੜੀਏ ਇਹਨੂੰ ਆਉਂਦੇ ਮਾਸ਼ਾਅੱਲਾ ਥੱਬਿਆਂ ਰਵਾਨੇ ਬਾਕੀ ਲਾਣਾ ਦੇਣਾ ਮੁਕੱਦਰ ਹੁੰਦਾ ਸੋਹਣਾ ਪੰਜਾਬ ਟੀਵੀ 'ਤੇ ਅੱਛੇ ਤੇ ਪਿਓ ਨੀਲੀ ਜਾਵਾਂ ਆਉਂਦਾ ਇਹਨੂੰ ਆਉਂਦੇ ਥੱਬਿਆਂ ਰਵਾਨੇ ਮਾਸ਼ਾਅੱਲਾ ਦੋ ਦੋ ਫੁੱਟ ਵਾਨਾ ਮਾਸ਼ਾਅੱਲਾ ਬਾਹਰ ਲਾਈ ਖੜੀ ਮੱਝ ਇਹਨੂੰ ਆਏ ਦੋ ਦੋ ਫੁੱਟ ਵਾਨਾ ਅਤੇ ਥੱਬਿਆਂ ਦੇ ਵਾਨੇ ਬਾਕੀ ਲੈਣਾ ਦੇਣਾ ਮੁਕੱਦਰ ਹੈ ਇਹ ਸਾਰੀਆਂ ਗੱਲਾਂ ਇਹ ਸਲਾਮ ਅਲੈਕਮ ਜੀ ਵਾਲੇਕੁਮ ਸਲਾਮ ਇਹ ਕਿੰਨੇ ਕੁ ਦਿਹਾੜੇ ਲੈਂਦੀ ਮੈਂ ਸੁਣ ਭਾਈ ਮੈਂ ਤਿਆਰ 2-4 ਦਿਨ ਹੀ ਕੱਢੂਗੀ ਅੱਛਾ ਹਾਂ 2-4 ਦਿਨ ਕੱਢੇਗੀ ਹਾਂ ਉਹ ਇੱਦਾਂ ਨਾ ਤੈਨੂੰ ਮੈਂ ਤਸੱਲੀਆਂ ਦੱਸਦਾ ਮੈਂ ਕਰਦੀ ਅੱਛਾ ਅਤੇ ਮੈਂ ਵਾੜੇ ਹੀ ਫਿਰਦੀ ਹੋਈ ਹੈ ਵਾੜੇ ਫਿਰ ਆਪਾਂ ਤਰੀਕ ਕੋਈ ਨਹੀਂ ਲਿਖੀ ਬਾਈ ਮਾਸ਼ਾਅੱਲਾ ਹੱਡੀਆਂ ਚੰਗੀਆਂ ਨੇ ਹੱਡੀਆਂ ਮੈਂ ਬੜੀਆਂ ਚੰਗੀਆਂ ਨੇ ਮੈਂ ਘਰ ਦੀ ਮੈਂ ਆਪਣੀ ਬਰੀਕ ਵੀ ਬਿਲਕੁਲ ਘਰਦੀਆਂ ਮੱਝਾਂ ਦੇ ਮੱਝ ਹੈ ਅੱਛਾ ਹਾਂ ਘੋੜਾ ਹੱਡੀ ਬਿਲਕੁਲ ਹੀ ਘੋੜਾ ਹੱਡੀ ਬਾਈ ਅੱਛਾ ਘੋੜਾ ਹੱਡੀ ਤੇ ਮੈਂ ਤੇ ਥਣ ਵੇਖ ਆ ਪਾਵਰ ਵੇਖ ਮੈਂ ਤੇ ਅੱਲਾ ਦਾ ਗੁਮਨਾਲ ਅੱਛਾ ਮੈਨੂੰ ਲੇਵਾ ਵੇਖ ਤੇ ਰੱਬ ਨੇ ਕਿੱਦਾਂ ਦਾ ਬਣਾਇਆ ਸੂਤਰਾ ਨਾਲ ਮਿਲਣ ਦਾ ਲੇਵਾ ਮੈਂ ਦਾ ਫਿਰ ਮੈਂ ਦਾ ਹਾਂਜੀ ਠੀਕ ਹੋ ਗਿਆ ਇਹ ਭਲਾਂ ਦਾ ਜਾਂ ਨਹੀਂ ਦਾ ਜਾਂ ਕਾਣਾ ਦੀ ਨਹੀਂ ਕਦੇ ਕੋਈ ਬਾਈ ਚੱਕ ਜਾਏ ਕਦੇ ਕੋਈ ਬਾਈ ਚੱਕ ਜਾਏ ਬਿਲਕੁਲ ਜਨਮਵਾਨਾ ਜਨਮਵਾਨਾ ਤੇ ਸੂਤਰ ਨਾਲ ਮਿਲਣ ਵਾਲਾ ਵਾਨਾ ਇਨਸ਼ਾਅੱਲਾ ਤਾਲਾ ਅੱਲਾ ਦੇ ਗੁਮਨਾਲ ਠੀਕ ਹੋ ਗਿਆ ਤੇ ਥਣ ਵੇਖ ਲਾ ਮੈਂ ਦਾ ਕਿਹਦਾ ਪਾਵਰ ਵਾਲਾ ਨਹੀਂ ਥਾਂ ਚੰਗਾ ਚੱਡਾ ਦੀ ਪਧਰਾਈ ਵੇਖ ਪਿੱਛੋਂ ਵੇਖ ਜੱਡਾ ਕਿੱਥੋਂ ਤੇ ਚੜਦਾ ਸੂਤ ਹੀ ਜੇ ਲੱਗਦਾ ਉਧਰ ਧੁੰਨੀ ਨੂੰ ਪਿਆ ਲੱਗਦਾ ਜੱਡਾ ਹਾਂ ਫਿਰ ਇੱਕੋ ਜਿਹਾ ਅੱਗੋਂ ਵੀ ਉਹਨਾਂ ਦੇ ਪਿੱਛੋਂ ਵੀ ਉਹਨਾਂ ਇੱਕੋ ਜਿਹਾ ਵਾਨਾ ਸਾਰੇ ਇੱਕੋ ਜਿਹਾ ਵਾਨਾ ਥਣ ਵੇਖਾਂ ਮੈਂ ਉਹਨੂੰ ਖੜਾ ਗਿੜ ਗਿੜਦੇ ਤੇ ਜਿਵੇਂ ਆਂਡੇ ਲੱਗੇ ਹੁੰਦੇ ਨੇ ਨਹੀਂ ਵਾਕਿਆ ਮਾਸ਼ਾਅੱਲਾ ਹਾਂ ਬਰੀਕ ਵੇਖ ਮੈਂ ਕਿੰਨੀ ਆ ਰਿਹਾ ਹਾਜੀ ਸਾਹਿਬ ਕਿੰਨੇ ਕੁ ਲੈਂਦੀ ਹੈ ਮੈਂ ਬਾਈ ਨਹੀਂ ਮੈਂ ਤੈਨੂੰ ਆਖਿਆ ਨਹੀਂ ਤਰੀਕ ਲਿਖੀ ਅੱਛਾ ਹਾਂ ਲੇਕਿਨ ਮੈਂ ਮੇਰੇ ਹਿਸਾਬ 'ਚ ਮੈਂ ਤਿਆਰ ਹੈ ਤਿਆਰ ਦੋ ਤਿੰਨ ਦਿਨ ਕੱਢ ਦੇ ਦੋ ਦਿਨ ਕੱਢੇ 4 ਦਿਨ ਕੱਢੇ ਤਿਆਰ ਬਿਲਕੁਲ ਤਿਆਰ ਹੈ ਮੈਂ ਜੇ ਮੈਂ ਝੂਠ ਮਾਰ ਜਾਵਾਂ ਮੈਂ 10 ਦਿਨ ਲੈਂਦੀ ਮੈਂ ਅੱਜ ਸੁਣਦੀ ਹੈ ਠੀਕ ਹੈ ਮੈਂ ਤਿਆਰ ਹੈ ਤਿਆਰ ਹੈ ਮਾਜੇ ਹਾਂ ਬਿਲਕੁਲ ਬਿਲਕੁਲ ਤਿਆਰ ਹੈ ਮੈਂ ਅੱਛਾ ਜੀ ਇਹ 2-4 ਦਿਨ ਤਾਂ ਮੈਂ ਕੱਢੂਗੀ ਕੱਢੇ 2-4 ਦਿਨ ਕਿਉਂਕਿ ਜੇ ਜਦੋਂ ਮੈਂ ਆਪਣਾ ਆਉਂਦੀ ਨਾ ਸੂਣ ਦੇ ਨੇੜੇ ਹੋਵੇ ਅੱਛਾ ਉਹਦੇ ਡੰਗ ਪੱਠੇ ਪੁੱਠੇ ਤੋਂ ਫਿਰ ਮੈਂ ਘੱਟ ਖਾਂਦੀ ਹੈ ਪਹਿਲੇ ਤਾਂ ਮੈਂ ਮਾਸ਼ਾਅੱਲਾ ਜਿਵੇਂ ਪਾਈਦੇ ਨੇ ਪੱਠੇ ਪੂਰੇ ਨਹੀਂ ਮਾਲੂ ਆਉਂਦੇ ਬਈ ਆ ਹਾਲ ਵੇਖ ਰਿਹਾ ਥੱਲੇ ਕੀ ਬਣਿਆ ਪਿਆ ਬਾਤ ਕਰ ਠੀਕ ਹੈ ਸਵੇਰ ਦੇ ਮੁੰਡੇ ਗਿਆ ਰਿਹੜੇ ਲੈ ਕੇ ਪੱਠਿਆਂ ਨੂੰ ਨਹੀਂ ਮੀਂਹ ਪਿਆ ਨਾ ਸਰ ਬੜਾ ਪੈ ਰਿਹਾ ਅੱਜ ਕੱਲ੍ਹ ਹਾਂ ਤੇ ਇਹਦਾ ਜਿਹੜਾ ਥਣ ਚੱਡੇ ਦੀ ਗਰੰਟੀ ਫੁਆਰਾ ਬਈ ਥਣ ਚੱਡੇ ਦੀ ਆਪਣੀ ਬਿਲਕੁਲ ਗਰੰਟੀ ਹੈ ਅੱਛਾ ਹਾਂਜੀ ਛੱਟੇ ਦੀ ਗਰੰਟੀ ਥਣ ਦੇ ਵਾਧੇ ਘਾਟੇ ਦੀ ਗਰੰਟੀ ਠੀਕ ਹੈ ਥਣ ਚ ਗੰਢ ਮਰੋੜੀ ਦੀ ਗਰੰਟੀ ਅੱਛਾ ਜੀ ਹਾਂ ਇਹ ਗਰੰਟੀ ਆਪਣੀ ਬਾਈ ਠੀਕ ਹੋ ਗਿਆ ਜੀ ਤੇ ਹੁਣ ਗੱਲਾਂ ਇਸ ਤਰ੍ਹਾਂ ਦੀਆਂ ਅੱਛਾ ਰਿਹਾ ਸਾਹਿਬ ਮਾਲ ਦੁੱਧ ਨੂੰ ਬੜੀ ਬੜੀ ਮੈਂ ਚੰਗੀ ਅੱਛਾ ਹਾਂ ਕਿਉਂਕਿ ਆਪਣਾ ਸੁਬਾ ਚੋਇਆ ਘਰ ਇਹਦਾ ਅੱਛਾ ਪਿਛਲੇ ਸਾਲ ਨਾ ਇਹ ਪਹਿਲਣ ਸੀ ਤੇ ਅੱਜ ਕੀ ਦੂਜਣ ਅੱਛਾ ਹਾਂ ਠੀਕ ਹੋ ਗਿਆ ਤੇ ਹੁਣ ਮੁੱਲ ਇਹਦਾ ਕੀ ਹੈ ਪਿਆਰ ਮੁਹੱਬਤ ਵਾਲਾ ਪੱਕਾ ਖਾਣਲ ਜਾ ਇਹਦਾ ਮੁੱਲ ਤਾਂ ਕਰਨੋ ਜਿੰਨਾ ਮਰਜ਼ੀ ਕਰੀ ਜਾਈਏ ਅੱਛਾ ਆ ਚਿੱਕੜ ਚੁੱਕੜ ਵੇਖ ਕੇ ਮੌਸਮ ਵੇਖ ਕੇ ਅੱਛਾ ਤੇ 4 ਲੱਖ ਦੀ ਮੈਂ ਤੈਨੂੰ ਦੇ ਦਿਆਂਗਾ ਇਹ ਮੈਂ ਧੁੰਨੀ ਕੋਲ ਬਿਲਕੁਲ ਸਾਫ ਹੈ ਬਈ ਧੁੰਨੀ ਕੋਲ ਦਾ ਨਿਸ਼ਾਨ ਹੈ ਧੁੰਨੀ ਦਾ ਵਾਕਈ ਇਹ ਨਹੀਂ ਮੈਂ ਕਹਿੰਦਾ ਧੁੰਨੀ ਹੈ ਹੀ ਨਹੀਂ ਧੁੰਨੀ ਦਾ ਹੁੰਦਾ ਨਿਸ਼ਾਨ ਮਾੜਾ ਜਾ ਉਹ ਗਾਵਾਂ ਵਾਲਾ ਧੁੰਨ ਨਹੀਂ ਦਾ ਮੈਂ ਨੂੰ ਨਿਸ਼ਾਨ ਹੀ ਹਾਂ ਕੋਲੀ ਵੇਖ ਲਾ ਹਾਂ ਮਾੜੀ ਜੀ ਧੁੰਨੀ ਹੈ ਮੈਂ ਦੀ ਅੱਛਾ ਹਾਂਜੀ ਧੁੰਨ ਨਹੀਂ ਦਾ ਲਗਾ ਵੀ ਗਾਵਾਂ ਵਾਲਾ ਧੁੰਨ ਲਮਕਦਾ ਫਿਰਦਾ ਇਹਦਾ ਇਹਦਾ ਮੁੱਲ ਕੀ ਪਿਆਰ ਮੁਹੱਬਤ ਵਾਲਾ ਪਿਆਰ ਮੁਹੱਬਤ ਵਾਲਾ ਬਾਈ ਕੀਤਾ ਜਾਂ ਚੱਕੜ ਚੁੱਕੜ ਵੇਖ ਕੇ ਮੌਸਮ ਵੇਖ ਕੇ ਅੱਛਾ ਠੀਕ ਹੈ 4 ਲੱਖ ਦੀ ਮੈਂ ਲੈ ਜਾ 4 ਲੱਖ ਦੀ ਹਾਂ ਕੋਈ 4 ਲੱਖ ਵਿੱਚੋਂ ਪਿਆਰ ਮੁਹੱਬਤ 4 ਲੱਖ ਚੋਂ ਹਾਂਜੀ ਵੀ ਪਿਆਰ ਮੁਹੱਬਤ ਕਰਾਉਣਾ ਕੋਈ ਪੱਕਾ ਹੀ ਦੱਸ ਗੱਲ ਜਹਾਜ਼ ਸਾਹਿਬ 10,000 ਤੈਨੂੰ ਹੋਰ ਅੱਛਾ 10,000 ਹੋਰ ਛੱਡਿਆ ਹਾਂਜੀ 10,000 ਅੱਛਾ ਜੀ 3 ਲੱਖ ਤੇ 90,000 ਦੀ ਮੈਂ ਤੈਨੂੰ ਬਰਾਬਰ ਦੇ ਦਿਆਂਗਾ ਜੇ ਰਾਜੀ ਹੋ ਕੇ ਲੈ ਜਾਵਾਂ ਕੋਈ ਭਰਾ 3 ਲੱਖ 90,000 ਦੀ ਹਾਂਜੀ ਉਹ ਮੈਂ ਦੀ ਨਸਲ ਜਾਤ ਦਾ ਵੇਖ ਮੈਂ ਤਾਂ ਕਦ ਵੇਖਦਾ ਹਾਂ ਇਹ ਕਦ ਤਾਂ ਮੈਂ ਚੰਗਾ ਠੀਕ ਤੇ ਲੰਮੀ ਮੈਂ ਕਿੰਨੀ ਹੈ ਲੰਮੀ ਮੈਂ ਮੈਂ ਤੈਨੂੰ ਫੋਟੋ ਮਾਰੀ ਜਾਵਾਂ ਤੇਰੇ ਕੈਮਰੇ ਦੇ ਆਉਂਦੇ ਨਹੀਂ ਮੈਂ ਤੁਰ ਜਾਂਦੀ ਮੈਂ ਤੈਨੂੰ ਤੋਰ ਕੇ ਮੈਂ ਵਿਖਾਣਾ ਤੋਰ ਮਾਰਾ ਮੈਂ ਵੇਖ ਲੰਮੀ ਮੈਂ ਕਿੰਨੀ ਹੈ ਮਾਸ਼ਾਅੱਲਾ ਕੋਈ ਛੋਟੀ ਜਿਹੀ ਮੱਝ ਤਾਂ ਨਹੀਂ ਨਹੀਂ ਮਾਸ਼ਾਅੱਲਾ ਮੈਂ ਚੰਗੀ ਠੀਕ ਹੈ ਅੱਗੋਂ ਵੇਖ ਨਾ ਮੈਂ ਜਿਵੇਂ ਕੱਟੀ ਹੁੰਦੀ ਹੈ ਅੱਛਾ ਤੇ ਪਿੱਛੋਂ ਤਾਂ ਮੈਂ ਬੇੜੇ ਜਿੱਡੀ
ਵੇਖ ਮੈਂ ਨੂੰ ਲਬਾਈ ਵੇਖ ਤੇ ਮੈਂ ਤਾਂ ਟੋਰਾ ਵੇਖ ਨਾਲੇ ਉਹ ਪੱਠਿਆਂ ਤੋਂ ਨਹੀਂ ਹਟਦੀਆਂ ਨਾ ਮਾਲ ਭੁੱਖਾ ਰਹਿੰਦਾ ਅਸਲ ਚੋਂ ਨਹੀਂ ਪੂਰੇ ਬੜੀ ਨਹੀਂ ਨਹੀਂ ਯਾਰ ਪੱਠੇ ਮੈਂ ਮੋੜਦਾ ਮੈਂ ਤੂੰ ਚਿੱਕੜ ਚ ਫਿਰਦਾ ਅਸੀਂ ਤਾਂ ਖੋਬੇ ਚ ਰਹੇ ਹੈਗੇ ਰੋਜਾ ਪੁੱਤਰ ਸਿੰਘ ਮਾਸ਼ਾ ਇੱਥੇ ਰੱਖ ਸਿੰਘ ਇੱਥੇ ਰੱਖੂਗੀ ਮੈਂ ਠੰਡ ਤਾਂ ਵੇਖ ਮੈਂ ਜੱਡਾ ਵੇਖ ਫਾਇਦਾ ਅਸੀਂ ਤਾਂ ਮੈਂ ਅੱਧੀਆਂ ਹੋਈਆਂ ਫਿਰਦੀਆਂ ਨਾ ਭੁੱਖਣ ਬਾਣੀਆਂ ਯਾਰ ਆ ਗਾਰੇ ਦੇ ਵਿੱਚ ਨਾ ਪੱਠਾ ਪੂਰਾ ਆਉਂਦਾ ਨਾ ਪਾਣੀ ਪੀਂਦੀਆਂ ਮੈਂ ਆ ਚਿੱਕੜਾਂ ਚ ਬੈਠੀਆਂ ਖੋਬਾ ਵੇਖ ਮੈਂ ਥੱਲੇ ਤੇ ਉਸ ਬੰਦੇ ਨੂੰ ਮੈਂ ਦੇ ਜਿਹੜਾ ਮੌਕੇ ਦੇ ਆ ਕੇ ਮੈਂ ਉਹਨੂੰ ਲਿਆਵੇ ਠੀਕ ਤਾਂ ਕਿ ਕੱਲ ਨੂੰ ਸਾਨੂੰ ਕੋਈ ਅਲਾਮਾ ਨਾ ਦੇਵੇ ਠੀਕ ਹੋਵੇ ਹਾਂਜੀ ਆਵੇ ਤਸੱਲੀ ਕਰੇ ਮੈਂ ਉਹਨੂੰ ਚੋਵੇ ਵਜਾਵੇ ਆਣ ਕੇ ਮੈਂ ਸੂਵੇ ਦਾਂ